ਖਾਸ ਕਰਕੇ ਜਨਤਾ ਦੀ ਆਵਾਜ਼ ਚੈਨਲ ਰਾਹੀਂ ਤੁਸੀਂ ਇਸ ਸਾਰੇ ਮਸਲੇ ਨੂੰ ਵੀਰੇ ਬਹੁਤ ਬਹੁਤ ਧੰਨਵਾਦ, ਜਿਹੜੇ ਸਾਡੇ ਨਾਲ ਖੜੇ ਨੇ ਗਰੀਬ ਪਰਿਵਾਰ ਦੇ ਵਿੱਚ, ਬਸ ਬਹੁਤ ਧੰਨਵਾਦ ਹੈ ਇਹਨਾਂ ਦਾ। ਪਬਲਿਕ ਦੇ ਵਿੱਚ ਲੈ ਕੇ ਗਏ, ਪਬਲਿਸ ਕੀਤਾ, ਤੁਹਾਡਾ ਵੱਡਾ ਸਹਿਯੋਗ ਹੈ, ਤੁਹਾਡਾ ਵੀ ਧੰਨਵਾਦ। ਜਨਤਾ ਦੀ ਬਾਜ ਜਾਣ ਦੇਖਦੇ ਸਾਰਿਆਂ ਤੋਂ ਤਾਂ ਸਵਾਗਤ ਆ। ਇਸ ਵਕਤ ਅਸੀਂ ਬੈਠੇ ਹਾਂ ਪਿੰਡ ਬਜੀਤ ਕੇ, ਸਾਡੇ ਨਾਲ ਉਹ ਭੈਣ ਮੌਜੂਦ ਆ। ਤੁਸੀਂ ਸਾਰਿਆਂ ਨੇ ਦੇਖਿਆ ਕਿ ਇਹ ਪਿਛਲੇ 3 ਦਿਨਾਂ ਤੋਂ ਲੈ ਕੇ ਟੈਂਕੀ ਦੇ ਚੜੇ ਰਹੇ ਆਪਣੇ 25 ਲੱਖ ਰੁਪਇਆ ਵਾਪਸ ਲੈਣ ਦੇ ਲਈ। ਦੋਸਤੋ, ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੇ 25 ਲੱਖ ਦੇ ਮਸਲੇ ਨੂੰ ਲੈ ਕੇ ਇਹ ਟੈਂਕੀ ਦੇ ਚੜੇ ਸੀ, ਉਹ ਮਸਲਾ ਜਿਹੜਾ ਇਹਨਾਂ ਦਾ ਸੁਲਝ ਗਿਆ, ਉਹਦਾ ਸਮਝੌਤਾ ਹੋ ਗਿਆ। ਤਾਂ ਪੂਰਾ ਆਪਣੇ ਜਵਾਨੀ ਦੱਸਣਗੇ ਭੈਣ, ਜਿਹੜਾ ਸਮਝੌਤਾ ਕਿੱਦਾਂ ਹੋਇਆ ਅਤੇ ਕੀ ਗੱਲਬਾਤ ਹੋਈ ਆ। ਹਾਂਜੀ ਭੈਣੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਵੀਰ ਜੀ, ਸਮਝੌਤਾ ਸਾਡਾ ਹੋ ਗਿਆ ਵੀ ਪਰਸੋਂ ਸ਼ਾਮ ਨੂੰ ਨਿਬੜ ਗਿਆ ਸੀ 7 ਵਜੇ, ਅਤੇ ਉਹ ਸਮਝੌਤਾ ਐਂ ਹੋ ਗਿਆ ਵੀ ਸਾਨੂੰ 17 ਲੱਖ ਰੁਪਇਆ ਮੰਨੇ ਨੇ, ਉਹ 17 ਲੱਖ ਮੰਨੇ ਨੇ, ਅਤੇ ਸਾਨੂੰ 20 ਲੱਖ ਦਾ ਉਹਨਾਂ ਨੇ ਸਾਨੂੰ ਦਿੱਤਾ ਚੈੱਕ ਕੱਟ ਕੇ, ਅਤੇ ਬਾਕੀ 11 ਲੱਖ ਦੀ ਉਹਨਾਂ ਨੇ ਪਾਲੀ 11ਵੇਂ ਮਹੀਨੇ ਦੀ 10 ਤਰੀਕ ਪਾਈ ਆ ਕਿ 15 ਪਾਈ ਆ, ਇੰਨਾ ਮੈਨੂੰ ਪਤਾ ਨਹੀਂ ਕਿ ਤਰੀਕ ਪਾਲੀ। ਅਤੇ ਬਾਕੀ ਵੀਰੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਵੇਂ ਪਿੰਡ ਹਮੀਦੀ ਅਤੇ ਗੁਰਮਾ ਅਤੇ ਵੱਡੇ ਵਜੀਤ ਕੇ ਅਮਲਾ ਸਿੰਘ ਵਾਲਾ, ਸਾਰੇ ਮੇਰੇ ਵੀਰ ਭਾਈਆਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਸਾਡੇ ਨਾਲ, ਰੰਗੀਆਂ ਦੇ ਲੋਕ ਵੀ ਵੀਰ ਖੜ੍ਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਸਾਡੀ ਸਪੋਰਟ ਕਰੀ ਆ, ਸਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਣ ਦਿੱਤੀ, ਕੋਈ ਰੋਟੀ ਦੀ, ਕੋਈ ਪਾਣੀ ਦੀ, ਕੋਈ ਪੱਖਿਆਂ ਪੁੱਖਿਆਂ ਦੀ, ਸਾਰਾ ਵੀਰੇ ਰੰਗੀਆਂ ਪਿੰਡ ਨੇ ਵੀ ਸਾਡੀ ਬਹੁਤ ਮਦਦ ਕਰੀ ਹੈਗੀ। ਅੱਛਾ ਭੈਣੇ, ਤੁਹਾਨੂੰ ਤਾਂ ਇਹ ਲੱਗਦਾ ਸੀ ਜਿਹੜੇ ਜਿਹੜੇ ਪੈਸੇ ਨੇ ਖਤਮ ਹੋ ਗਏ ਪਹਿਲਾਂ ਤਾਂ ਇਹਦੇ ਲੱਗਦਾ ਸੀਗਾ? ਹਾਂ ਹਾਂ ਵੀਰ ਜੀ, ਜਮ੍ਹਾਂ ਉਮੀਦ ਲਾ ਲਈ ਸੀ, ਕਿਉਂ ਜਦੋਂ ਘਰੇ ਜਾਂਦੇ ਸੀ ਪੁਲਿਸ ਬੁਲਾ ਲੈਂਦੇ ਸੀ ਉਹ, ਹੈ ਨਾ, ਅਤੇ ਮੁੰਡਾ ਬਾਹਰਲਾ ਜਿਹੜਾ ਪੈਸੇ ਲੈ ਕੇ ਭੱਜਿਆ ਸੀ ਉਹ ਬਾਹਰ ਵੱਗ ਗਿਆ, ਉਹ ਸਾਡਾ ਫੋਨ ਨਹੀਂ ਸੀ ਚੱਕਦਾ, ਆਪਦੇ ਨੰਬਰ ਵੀ ਬਦਲ ਲਏ, ਸਾਰਾ ਕੁਛ ਬਦਲ ਲਿਆ। ਇਹ ਤਾਂ ਬਸ ਵੀਰੇ ਵੀ ਭੈਣ ਭਾਈਆਂ ਨੇ, ਬਸ ਸਾਡੀ ਮਹਾਰਾਜ ਦਿਆਲ ਹੋ ਗਿਆ ਸਾਡੇ 'ਤੇ, ਉਹਨਾਂ ਨੇ ਇਕੱਠ ਕੁੱਠ ਕਰਿਆ ਤਾਂ ਸਾਡੇ ਪੈਸੇ ਵੀਰੇ, ਉਹਨਾਂ ਦੇ ਸਹਿਯੋਗ ਨਾਲ ਸਾਡੇ ਪੈਸੇ ਨਿਕਲੇ, ਨਹੀਂ ਵੀਰੇ ਇਕੱਲਾ ਤਾਂ ਇਕੱਲਾ ਕੋਈ ਵੱਡਾ ਨਹੀਂ ਹੁੰਦਾ ਹੈਗਾ। ਬਸ ਆਪਾਂ ਤਾਂ ਭੈਣ ਭਾਈਆਂ ਦਾ, ਬੀਬੀਆਂ ਗਈਆਂ ਨੇ ਇੱਥੋਂ, ਭੈਣਾਂ ਗਈਆਂ ਨੇ ਮੇਰੀਆਂ ਗੁਰਮਾਂ ਤੋਂ, ਉਹਨਾਂ ਦਾ ਵੀ ਧੰਨਵਾਦ ਵੀਰੇ, ਬਹੁਤ ਹੈਲਪ ਕਰੀ ਆ ਸਾਡੀ ਸਾਰਿਆਂ ਨੇ, ਭਾਊ ਵੀਰੇ ਉਹਨੀ ਹੋ ਗਏ, ਆਪਣੇ ਹਮੀਦੀ ਵਾਲੇ ਸਰਪੰਚ ਹੋ ਗਏ, ਉਹਨੂੰ ਸਰਪੰਚ ਜਿਹੜੇ ਬਜੀਤ ਕਹਿੰਦੇ ਨੇ ਜਿਹਨਾਂ ਨੂੰ ਨਾਥ ਕਿਹਾ ਜਾਂਦਾ, ਉਹਨਾਂ ਦਾ ਵੀ ਯੋਗਦਾਨ ਬਹੁਤ ਵੱਡਾ ਰਿਹਾ ਸੀ। ਬਹੁਤ ਵੱਡਾ ਵੀਰੇ, ਬਹੁਤ ਵੱਡਾ, ਉਹ ਤਾਂ ਸਾਡੇ ਲਈ ਪਹਿਲੇ ਦਿਨ ਤੋਂ ਹੀ ਖੜ੍ਹ ਗਿਆ ਸੀ, ਕਹਿੰਦਾ ਸੀ ਭੈਣੇ ਵੀ ਆਪਾਂ ਆਪਦਾ ਹੱਕ ਲੈ ਕੇ ਜਾਣਾ, ਚਾਹੇ ਸਾਨੂੰ ਮਹੀਨਾ ਬਹਿਣਾ ਪਵੇ, ਚਾਹੇ 2 ਮਹੀਨੇ ਬਹਿਣਾ ਪਵੇ, ਤੁਹਾਡੇ ਪਿੱਛੇ ਬੈਠੂ। ਵਿਚਾਰੇ ਆਏ ਵੀ ਨਹੀਂ, ਜਿੱਦੇ ਘਰੇ ਇੱਥੋਂ ਵੱਗ ਗਏ ਸੀ, ਘਰ ਛੱਡ ਕੇ ਉਹਨਾਂ ਨੇ ਘਰ ਨਹੀਂ ਵੇਖਿਆ ਕਿਸੇ ਨੇ ਵੀ, ਅਤੇ ਬਾਕੀ ਆਪਣੇ ਵੱਡੇ ਵਜੀਤ ਕਹਿੰਦਾ ਵੀਰ ਜੀ, ਅਤੇ ਉਹਨੇ ਵੀ ਬਹੁਤ ਮਦਦ ਕਰੀ ਹੈਗੀ, ਉਹ ਵੀ ਆਪਣਾ ਕਿਸਾਨ ਯੂਨੀਅਨ ਦਾ ਪ੍ਰਧਾਨ ਹੈਗਾ, ਬਹੁਤ ਜ਼ਿਆਦਾ ਮਦਦ ਕਰੀ ਆ ਵੀਰੇ। ਬਾਕੀ ਮੈਂ ਤੁਹਾਨੂੰ ਦੱਸਿਆ ਵੀ ਵੀਰੇ ਸਾਡੀ ਬੱਚੇ ਨੇ ਮਦਦ ਕਰੀ ਆ, ਕਿ ਇੱਕ ਵੱਡੇ ਤੋਂ ਲੈ ਕੇ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਵੀ ਸਾਡੀ ਹੈਲਪ ਹੋਈ ਆ। ਜਿਵੇਂ ਆਪਾਂ ਕਹਿੰਦੇ ਹਾਂ ਵੀ ਭੈਣੇ ਆਪਾਂ ਰੱਬ ਦੇਖਿਆ, ਹੈ ਨਾ, ਵੀ ਰੱਬ ਇਸ ਦੁਨੀਆਂ 'ਚ ਹੈਗਾ ਗਾ, ਹੈਗਾ ਵੀਰ, ਹੈਗਾ ਤਾਂ ਹੁਣ ਆਪਾਂ ਨੂੰ, ਸਾਨੂੰ ਤਾਂ ਲੱਗ ਗਿਆ ਪਤਾ ਵੀ ਹੈਗਾ ਰੱਬ, ਕਿੱਥੇ ਅਸੀਂ ਇੱਕ ਮਰੇ ਹੋਏ ਠਾਏ ਹਾਂ, ਸਾਰੀ ਜਨਤਾ ਨੇ ਠਾਏ ਹਾਂ, ਜਮ੍ਹਾਂ ਆਸ ਵੀ ਲਾਤੀ ਸੀ ਕਿ ਉਹ ਘਰ ਵੀ ਨਹੀਂ ਸੀ ਵੜਨ ਦਿੰਦੇ, ਅਤੇ ਆਪਦੇ ਦਿਮਾਗੀ ਟੈਨਸ਼ਨ ਪੈਣ ਵਾਲੀ ਹੋਈ ਪਈ ਸੀ ਵੀ ਕਰਾਂਗੇ ਤਾਂ ਕੀ ਕਰਾਂਗੇ, ਇੱਕ ਭੈਣ ਭਾਈਆਂ ਦੀ ਹੱਲਾਸ਼ੇਰੀ ਨਾਲ ਹੋਇਆ ਇਹ ਸਾਰਾ ਕੰਮ ਵੀਰੇ, ਇਕੱਲਾ ਕੋਈ ਨਹੀਂ ਕਰ ਸਕਦਾ, ਮੈਂ ਤਾਂ ਇੱਕ ਫਰਜ਼ ਸੀ, ਮੈਂ ਬਹਿ ਗਈ ਉੱਪਰ ਜਾ ਕੇ, ਕਰਿਆ ਭੈਣ ਭਾਈਆਂ ਨੇ ਜੋ ਕਰਿਆ ਸਾਰਾ ਕੁਛ। ਹਾਂ ਬਸ ਵੀਰੇ ਸਾਰਿਆਂ ਦਾ ਧੰਨਵਾਦ, ਰੰਗੀਆਂ ਦਾ, ਵੀਰ ਭਰਾਵਾਂ ਦਾ, ਗੁਰਮਾ ਵਾਲਿਆਂ ਦਾ, ਹਮੀਦੀ ਵਾਲਿਆਂ ਦਾ, ਵਜੀਤ ਕੇ ਅਮਲਾਂ ਦਾ, ਵੀਰੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਖੜੇ ਨੇ ਗਰੀਬ ਪਰਿਵਾਰ ਦੇ ਵਿੱਚ, ਬਸ ਬਹੁਤ ਧੰਨਵਾਦ ਹੈ ਇਹਨਾਂ ਦਾ। ਦੋਸਤੋ, ਇਹ ਸੀਗੇ ਭੈਣ ਕਿਰਨਜੀਤ ਕੌਰ, ਜਿਨ੍ਹਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਣ ਲਈ 25 ਲੱਖ ਰੁਪਇਆ ਰੰਗੀਆਂ ਦੇ ਟਰੈਵਲ ਏਜੰਟ ਕੋਲ ਦਿੱਤਾ ਸੀ। ਅੱਜ ਉਹਨਾਂ ਜਿਹੜੇ ਪੈਸੇ ਨੇ ਉਹ 6 ਲੱਖ ਰੁਪਇਆ ਇਹਨਾਂ ਦਾ ਵਾਪਸ ਦਿੱਤਾ ਗਿਆ ਗਾ, ਔਰ ਇਹਨਾਂ ਨੂੰ 11 ਲੱਖ ਰੁਪਏ ਜਿਹੜਾ ਚੈੱਕ ਹਜੇ ਦੇਣਾ ਬਾਕੀ ਹੈ।
ਜਿਹਦਾ ਟਾਈਮ ਹੈ ਉਹ 2.5 ਮਹੀਨੇ ਦਾ ਟਾਈਮ ਸਾਂਝੇ ਬੰਦਿਆਂ ਦੀ ਮੌਜੂਦਗੀ ਦੇ ਵਿੱਚ ਲਿਖ ਲਿਖਾ ਕੀਤਾ ਗਿਆ ਕਿ ਉਹ 2.5 ਮਹੀਨੇ ਦੇ ਵਿੱਚ ਜਿਹੜਾ 11 ਲੱਖ ਰੁਪਇਆ ਵਾਪਸ ਦੇਣਾਗਾ। ਉਹ ਵੀਰ ਜੀ ਨੇ ਬਸ ਜਿਵੇਂ ਆਪਣੇ ਨਾ ਤਾਂ ਉਹਨੀ ਵੀਰ ਜੀ ਨੇ ਕਰਿਆ ਗਾ ਵੀਰੇ, ਅਸੀਂ ਉਹਨਾਂ 'ਤੇ ਸਿਰਤੀ ਸੀ ਵੀ ਜਿਵੇਂ ਮਰਜ਼ੀ ਕਰ ਲਓ, ਹੁਣ ਉਹਨਾਂ ਨੇ ਕੱਲ੍ਹ ਸਾਰਾ ਕੁਛ ਕਰਿਆ ਵੀਰੇ, ਬਸ ਉਹਨਾਂ 'ਤੇ ਸਿਰਤੀਆਂ ਸੀ ਤਾਂ ਅਸੀਂ ਨਹੀਂ ਹੈਗਾ ਵੀ ਕਿਹੜਾ ਉਹਨਾਂ ਨੇ ਕਰਾਰ ਪਾਇਆ ਕਿਹੜਾ ਕੀ ਪਾਇਆ, ਉਹ ਵੀਰ ਜੀ ਉਹਨਾਂ ਨੂੰ ਪਤਾ ਗਾ, ਭਾਊ ਨਹੀਂ ਸੀ ਵੀਰ ਉਹਨੀ ਗੁਰਮ ਵਾਲੇ ਸਾਰੇ, ਬਾਕੀ ਵਜੀਤ ਕਿਆਲਾ ਵੀਰ ਸੀਗਾ ਅਤੇ ਵੀਰੇ ਸਾਰੇ ਸਾਡੇ ਨਾਲ ਤੁਰੇ ਨੇ, ਅਸੀਂ ਜ਼ਿੰਦਗੀ ਭਰ ਉਹਨਾਂ ਦਾ ਆਸਾਨ ਨਹੀਂ ਕਦੀ ਵੀ ਭੁੱਲਾਂਗੇ, ਜਿਹਨੇ ਇੱਕ ਗਰੀਬ ਸਾ ਪਰਿਵਾਰ ਦਾ ਸਾਥ ਦਿੱਤਾ ਵੀਰੇ ਨੇ, ਕੌਣ ਤੁਰਦਾ ਕਿਸੇ ਖਾਤਰ ਕੰਮ ਛੱਡ ਕੇ, ਉਹ ਵੀ ਮਰਿਆ ਨੂੰ ਜਿਉਂਦਾ 'ਚ ਕਰਤਾ, ਹਾਂ ਜਿਮ ਵੀਰੇ ਮਰਿਆ ਨੂੰ ਜਿਉਂਦਾ 'ਚ ਕਰਤਾ, ਬਸ ਜਿਹਨੇ ਸਾਨੂੰ ਦੁਬਾਰੇ ਰੋਜ਼ੀ ਰੋਟੀ ਪਾਤਾ ਵੀਰੇ, ਬਹੁਤ ਬਹੁਤ ਧੰਨਵਾਦ ਵੀਰੇ ਉਹਨਾਂ ਦਾ। ਭੈਣ ਕਰਨਜੀਤ ਕੌਰ ਦਾ ਇਹੀ ਕਹਿਣਾ ਗਾ ਕਿ ਲਾ ਬੱਚੇ ਬੱਚੀ ਤੋਂ ਭੈਣਾਂ ਤੋਂ ਜਥੇਬੰਦੀਆਂ ਤੋਂ ਲੈ ਕੇ ਇਹਨਾਂ ਸਪੋਰਟ 'ਚ ਜਿੰਨੇ ਵੀ ਜਾ ਕੇ ਖੜ੍ਹੇ ਨੇ ਮੀਡੀਆ ਤੋਂ ਲੈ ਕੇ ਉਹਨਾਂ ਸਾਰਿਆਂ ਦਾ ਇਹਨਾਂ ਨੇ ਤਹਿ ਦਿਲੋਂ ਧੰਨਵਾਦ ਕੀਤਾ ਵੀ ਜੇਕਰ ਅੱਜ ਇਹਨਾਂ ਨੂੰ ਅੱਜ ਅਮਾਊਂਟ ਵਾਪਸ ਹੋਈ ਆ ਜਾਂ 6 ਲੱਖ ਦਾ ਚੈੱਕ ਮਿਲਿਆ ਜਾਂ ਆਉਣ ਵਾਲੇ 2-2.5 ਮਹੀਨਿਆਂ ਬਾਅਦ 11 ਲੱਖ ਰੁਪਇਆ ਮਿਲਣਾ ਗਾ ਤਾਂ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਮਿਲਿਆ ਗਾ। ਤਾਂ ਦੋਸਤੋ ਜਿਵੇਂ ਅੱਜ ਤੁਹਾਨੂੰ ਇਸ ਭੈਣ ਦਾ ਵੀਡੀਓ ਦਿਖਾਈ ਆ, ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ। ਦੋਸਤੋ ਜਾਂਦੇ ਜਾਂਦੇ ਅਸੀਂ ਤੁਹਾਨੂੰ ਇਹ ਕਹਿ ਦੇਣਾ ਬਹੁਤ ਜ਼ਰੂਰੀ ਸਮਝਦੇ ਹਾਂ ਕਿ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਵਿਦੇਸ਼ਾਂ 'ਚ ਹੋਣ, ਸਾਡੇ ਬੱਚਿਆਂ ਉਚਾਈਆਂ 'ਚ ਜਾਣ, ਹਰ ਇਨਸਾਨ ਚਾਹੁੰਦਾ ਕਿ ਉਹਦਾ ਪਰਿਵਾਰ ਉਚਾਈਆਂ 'ਤੇ ਜਾਵੇ, ਚੰਗੇ ਵਿਦੇਸ਼ਾਂ 'ਚ ਹੋਵੇ, ਪਰ ਉੱਥੇ ਨਾਲ ਨਾਲ ਸਾਨੂੰ ਇਹ ਵੀ ਦੇਖਣਾ ਬਹੁਤ ਜ਼ਰੂਰੀ ਹੁੰਦਾ ਕਿ ਜਦ ਅਸੀਂ ਵੱਡੇ ਸੁਪਨੇ ਦੇਖਦੇ ਹਾਂ, ਵੱਡੀਆਂ ਉਮੀਦਾਂ ਲਾਉਂਦੇ ਹਾਂ, ਤਾਂ ਉਹਦੇ ਨਾਲ ਨਾਲ ਸਾਨੂੰ ਇਹੋ ਜਿਹੇ ਲੋਕਾਂ ਤੋਂ ਬਚਣ ਦੀ ਵੀ ਲੋੜ ਹੈਗੀ ਤਾਂ ਕਿ ਅਸੀਂ ਕਿਸੇ ਵੱਡੇ ਝੰਝਟ 'ਚ ਵਿੱਚ ਨਾ ਫਸ ਜਾਈਏ। ਜਿਵੇਂ ਅੱਜ ਭੈਣ ਦੇ ਨਾਲ ਜਥੇਬੰਦੀ ਨੇ ਖੜ ਕੇ ਨੇ ਮਦਦ ਕਰਕੇ ਇੰਨੇ ਦਾ ਇਨਸਾਫ ਦਵਾਇਆ ਗਾ, ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ ਨਵੀਆਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਾਡੀ ਹਰ ਵੀਡੀਓ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ, ਇਸੇ ਤਰ੍ਹਾਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਹ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਦਾ ਕਿ ਉਹ ਅੰਗ ਸੰਗ ਸਹਾਈ ਹੋਏ, ਔਰ ਤੁਸੀਂ ਸਾਰੇ ਭਰਾਵਾਂ ਨੇ ਖਾਸ ਕਰਕੇ ਲੋਕ ਆਵਾਜ਼ ਬਸ ਦੁਬਾਰੇ ਸ਼ੁਰੂ ਕਰਨਾ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਸ਼ੁਕਰਾਨਾ ਕਿ ਜਿਹੜੇ ਅੰਗ ਸੰਗ ਸਹਾਈ। ਉਸ ਤੋਂ ਬਾਅਦ ਤੁਹਾਡਾ ਸਾਰੇ ਚੈਨਲ ਵਾਲੇ ਭਰਾਵਾਂ ਦਾ ਧੰਨਵਾਦ ਕਰਦਿਆਂ, ਜਿਹੜੇ ਖਾਸ ਕਰਕੇ ਜਨਤਾ ਦੀ ਆਵਾਜ਼ ਚੈਨਲ ਰਾਹੀਂ ਤੁਸੀਂ ਇਸ ਸਾਰੇ ਮਸਲੇ ਨੂੰ ਪਬਲਿਕ ਦੇ ਵਿੱਚ ਲੈ ਕੇ ਗਏ, ਪਬਲਿਸ਼ ਕੀਤਾ, ਤੁਹਾਡਾ ਵੱਡਾ ਸਹਿਯੋਗ ਹੈ, ਤੁਹਾਡਾ ਵੀ ਧੰਨਵਾਦ। ਸਾਰੇ ਸਾਥ ਦੇਣ ਵਾਲੇ ਜਥੇਬੰਦੀਆਂ, ਲੋਕ ਆਗੂ, ਸਾਰੇ ਕਲੱਬ, ਅਮਲਾ ਸਿੰਘ ਵਾਲਾ, ਗੁਰਮ, ਵਜੀਦ ਕੇ ਖੁਰਦ, ਵਜੀਦ ਕੇ ਕਲਾਂ ਹਮੀਦੀ, ਸਾਰੀਆਂ ਸੰਗਤਾਂ ਅਤੇ ਖਾਸ ਕਰਕੇ ਰੰਗੀਆਂ ਦੀਆਂ ਸੰਗਤਾਂ ਨੇ ਜਿਹੜਾ ਸਹਿਯੋਗ ਦਿੱਤਾ ਸਾਡੇ ਨੌਜਵਾਨ ਵੀਰਾਂ ਨੇ, ਸਾਰਿਆਂ ਦਾ ਧੰਨਵਾਦ ਕਰਦਾ। ਇਹ ਸਮਝੌਤਾ 17 ਲੱਖ ਦੇ ਵਿੱਚ ਸਿਰੇ ਚੜ੍ਹਿਆ, ਜਿਹਦੇ ਵਿੱਚੋਂ 6 ਲੱਖ ਰੁਪਏ ਅਸੀਂ ਅੱਜ ਵਸੂਲ ਕਰ ਚੁੱਕੇ ਹਾਂ, ਰਹਿੰਦਾ 11 ਲੱਖ ਰੁਪਏ 20/11/2024 ਨੂੰ ਇੱਕ ਸਮਝੌਤੇ ਤਹਿਤ 500 ਦੇ ਅਸ਼ਟਾਮ 'ਤੇ ਅਸੀਂ ਜਸਪ੍ਰੀਤ ਕੌਰ ਪਤਨੀ ਜਗਪਾਲ ਸਿੰਘ ਤੋਂ ਜਿਹੜਾ ਚੈੱਕ ਆ ਉਹ ਸਮੇਤ ਡੇਟ ਸਮੇਤ ਅਮਾਊਂਟ ਪਾ ਕੇ ਪ੍ਰਾਪਤ ਕਰ ਲਿੱਤਾ ਹੈਗਾ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਖਾਸ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਸਹਿਯੋਗ ਦਿੱਤਾ ਗਿਆ, ਸਰਦਾਰ ਕਰਮਜੀਤ ਸਿੰਘ ਜੀ SHO, ਸਰਦਾਰ ਤੂਰੀ, ਸਰਦਾਰ ਓਂਕਾਰ ਸਿੰਘ ਜੀ ਇੰਚਾਰਜ ਚੌਂਕੀ ਰਣੀਕੇ, ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਪਰਿਵਾਰਾਂ ਨੇ ਸਾਡਾ ਸਾਥ ਦਿੱਤਾ, ਸਾਰਿਆਂ ਦਾ ਧੰਨਵਾਦ। ਅਗਾਂਹ ਮੈਂ ਇੱਕ ਬੇਨਤੀ ਕਰਾਂਗਾ ਕਿ ਅਵੇਅਰ ਰਹਿਣ ਅਜਿਹੇ ਠੱਗਾਂ ਨੂੰ,
ਕੋਈ ਵੀ ਪੈਸਾ ਨਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈੱਕ ਅਸੀਂ ਗਗਨਦੀਪ ਸਿੰਘ ਦੇ ਭਰਾ ਅਮਨਦੀਪ ਸਿੰਘ ਨੂੰ ਸੌਂਪ ਰਹੇ ਹਾਂਗੇ। ਸੋ ਬਹੁਤ ਬਹੁਤ ਧੰਨਵਾਦ ਵੀਰੋ, ਸਾਰੀਆਂ ਸੰਗਤਾਂ ਦਾ ਧੰਨਵਾਦ, ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।